ਸ਼ਰੀਫ ਸਾਹਿਬ ਸਾਡੇ 'ਚ ਨਹੀਂ ਹੈ, ਤੇ ਤੁਸੀਂ ਉਹਨਾਂ ਬਾਰੇ ਕੀ ਕਹੋਗੇ ਕਿ ਤੁਹਾਨੂੰ ਕੀ ਉਹਨਾਂ ਦੀ ਕਮੀ ਮਹਿਸੂਸ ਹੋ ਰਹੀ ਹੈ? ਮੈਂ ਇੱਕ ਮੁਖਲਿਸ ਦੋਸਤ ਨੂੰ ਜਿਹੜੀ ਵਿਛੜ ਗਿਆ ਜਿਹਾ ਕਿ ਮੈਂ ਇਹ ਕੁਦਰਤ ਦਾ ਨਿਜ਼ਾਮ ਹੈ ਇਸ ਕਿਸਮ ਦਾ, ਜਿਹਦੇ ਵਿੱਚ ਕੋਈ ਦਖਲ ਨਹੀਂ ਦੇ ਸਕਦਾ। ਬਲਕਿ ਮੁਝੇ ਇੰਤਹਾਈ ਤੌਰ 'ਤੇ ਅਫਸੋਸ ਇਸ ਗੱਲ ਦਾ ਕਿ ਅੱਜ ਉਹ ਵਕਤ ਉਹ ਹੁੰਦਾ ਮੇਰੇ ਕੋਲ ਸ਼ਰੀਫ ਪੁਜਾਈ ਮੇਰੇ ਕੋਲ ਹੁੰਦਾ, ਅਤੇ ਜਿਹੜਾ ਮੈਨੂੰ ਖੁਸ਼ੀ ਹੁੰਦੀ ਹੈ। ਸਦਮੇ ਗਨੀਮਤ ਵਾਲਿਆਂ ਨੇ ਸ਼ਰੀਫ ਕੁੰਜਾਈ ਨੂੰ ਗਨੀਮਤ ਦੇ ਨਾਲ ਦਫਨਾਇਆ, ਅਤੇ ਇਹਦੇ ਬਾਰੇ ਤੁਸੀਂ ਕੀ ਕਹੋਗੇ? ਕਿਉਂਕਿ ਸ਼ਰੀਫ ਕੁੰਜਾਈ ਇੱਕ ਅਦੀਬ ਸੀ, ਫਾਜ਼ਲ ਦੋਸਤ ਸੀ, ਫਾਰਸੀ ਦਾ MA ਸੀ, ਅਤੇ ਬਿਹਤਰੀਨ ਆਦਮੀ ਸੀ, ਅਤੇ ਇਸ ਵਾਸਤੇ ਉਹਦਾ ਹੱਕ ਪਹੁੰਚ ਜਾਏ ਕਿ ਇੱਥੇ ਆ ਕੇ ਉਹਨੂੰ ਦਫਨ। ਮੈਂ ਸਮਝਦਾ ਅਖਲਾਕ ਵੀ ਇੱਕ ਮਿਸਾਲ ਦਿੱਤੀ ਜਾ ਸਕਦੀ, ਉਹ ਅਦਬ ਵਾਸਤੇ ਔਰ ਅਦੀਬਾਂ ਵਾਸਤੇ ਇੱਕ ਰੋਸ਼ਨੀ ਦਾ ਮੀਨਾਰ, ਔਰ ਸਾਡੇ ਪੰਜਾਬ ਵਾਸਤੇ ਖੁਸ਼ੂਸ਼ਣ ਸਰਮਾਇਆ ਇਕਲਾਸ ਹੋਣ, ਜਿਨ੍ਹਾਂ ਦੀ ਗਾਈਡੈਂਸ ਵਿੱਚ, ਜਿਨ੍ਹਾਂ ਦੀ ਰਾਹਨੁਮਾਈ ਵਿੱਚ ਪੰਜਾਬ ਦੇ ਬਹੁਤ ਸਾਰੇ ਸ਼ੁਆਰਾ ਉਹਨਾਂ ਨੂੰ ਆਪਣੇ ਆਪ ਨੂੰ ਅੱਗੇ ਲੈ ਕੇ ਜਾਣ ਦਾ ਇਸ ਮੈਦਾਨ ਵਿੱਚ, ਜਿਹੜਾ ਕਿ ਅਦਬ ਦਾ ਜਾਂ ਸ਼ਾਇਰੀ ਦਾ ਮੈਦਾਨ, ਉਹਦੇ ਵਿੱਚ ਤਰੱਕੀ ਦੀ ਮੁਨਾਜ਼ਮ ਤੈਅ ਕਰਨ ਦਾ ਉਹਨਾਂ ਨੂੰ ਮੌਕਾ ਮਿਲਿਆ। ਮੈਂ ਸਮਝਦਾ ਇਹ ਪੰਜਾਬ ਵਾਸਤੇ ਨਹੀਂ, ਪੂਰੇ ਇਲਾਕੇ ਵਾਸਤੇ, ਔਰ ਬਲਕਿ ਪਾਕਿਸਤਾਨ ਵਾਸਤੇ ਉਹ ਇੱਕ ਬਹੁਤ ਵੱਡਾ ਮੁਕਾਮ ਰੱਖਣ ਵਾਲੇ ਸ਼ਾਇਰ ਸਨ, ਜਿਨ੍ਹਾਂ ਨੇ ਨਾ ਸਿਰਫ ਅਦਬ ਦੀ ਉਰਦੂ ਵਿੱਚ ਬਲਕਿ ਪੰਜਾਬੀ ਵਿੱਚ ਵੀ ਬਹੁਤ ਜ਼ਿਆਦਾ ਖਿਦਮਤ ਕੀਤੀ। ਅਸੀਂ ਤਾਂ ਇਹ ਸਮਝਦੇ ਹਾਂ ਸ਼ਰੀਫ ਕੁੰਜਾਈ ਸਾਹਿਬ ਕੁੰਜਾ ਨੂੰ ਗਨੀਮਤ ਸ਼ਾਇਰ ਤੋਂ ਬਾਅਦ ਅਗਰ ਮਸ਼ਹੂਰ ਕਰਨ ਵਾਸਤੇ ਜ਼ਿਆਦਾ ਤੋਂ ਜ਼ਿਆਦਾ, ਅਗਰ ਜਿਹਦੀਆਂ ਕਾਵਿਸ਼ਾਂ ਨੇ, ਜਿਹਦੀਆਂ ਮਿਹਨਤਾਂ ਨੇ, ਜਾਂ ਜਿਹਦੀ ਵਜ੍ਹਾ ਨਾਲ ਜ਼ਿਆਦਾ ਮਸ਼ਹੂਰ ਹੋਇਆ, ਉਹ ਸ਼ਰੀਫ ਕੁੰਜਾਈ ਵੀ ਨੇ। ਇਹਨਾਂ ਉਹਨਾਂ ਦਾ ਜਿਹੜਾ ਇੱਥੇ ਦਫਨ ਹੋਣਾ, ਇਹ ਵੀ ਗਨੀਮਤ ਸਾਹਿਬ ਦੇ ਆਪਣਾ ਕੁੰਜਾਈ ਦੇ ਬਾਜ਼ਾਰ ਦੇ ਵਿੱਚ ਉਹਨਾਂ ਦਾ ਦਫਨ ਹੋਣਾ ਵੀ, ਮੈਂ ਸਮਝਦਾ ਉਹਨਾਂ ਦੀ ਤਰਫੋਂ ਇੱਕ ਹੋਰ ਖਿਦਮਤ ਆ ਗਈਆਂ ਨੇ ਪੰਜਾਬ ਦੀ, ਕਿ ਜਿੱਥੇ ਲੋਕ ਗਨੀਮਤ ਕੁੰਜਾਈ ਨੂੰ ਯਾਦ ਕਰਨ ਦੇ, ਫਾਤਿਹਾ ਨੂੰ ਵਾਸਤੇ ਜਾਣ ਦੇ, ਇਹਨਾਂ ਦੀ ਖਿਦਮਤ ਦਾ ਇਤਰਾਫ ਕਰਨ ਦੇ ਉੱਤੇ ਜਾਣ ਦੇ, ਫਾਤਿਹਾ ਨੂੰ ਵਾਸਤੇ ਜਾਣ। ਸ਼ਰੀਫ ਕੁੰਜਾਈ ਸਾਹਿਬ ਦਾ ਜਿਹੜਾ ਤੁਸੀਂ ਗੱਲ ਹੀ ਕੀਤੀ ਹੈ, ਕੁੰਜਾ ਇੰਨਾ ਕੁ ਮਸ਼ਹੂਰ ਹੈ ਜਿੰਨੇ ਸ਼ਰੀਫ ਕੁੰਜਾਈ ਸਾਹਿਬ ਨੇ, ਔਰ ਜਦੋਂ ਕਿਸੇ ਨੇ ਨਾਂ ਲੈਣਾ ਕੁੰਜਾ ਦੇ ਹਵਾਲੇ ਨਾਲ, ਔਰ ਜਦੋਂ ਕਿਸੇ ਨਾਂ ਲੈਣਾ ਅਦਬ ਦੇ ਖਿਦਮਾਤ ਅੰਜਾਮ ਦੇਣ ਵਾਲਿਆਂ ਦੇ ਹਵਾਲੇ ਨਾਲ, ਜਦੋਂ ਕਿਸੇ ਨਾਂ ਲੈਣਾ ਵੱਡਿਆਂ ਸ਼ਹਿਰਾਂ ਦੇ ਹਵਾਲੇ ਨਾਲ, ਜਦੋਂ ਕਿਸੇ ਨਾਂ ਲੈਣਾ ਅੱਛੇ ਇਨਸਾਨ ਦੇ ਹਵਾਲੇ ਨਾਲ, ਉਹਦੇ ਵਿੱਚ ਸ਼ਰੀਫ ਕੁੰਜਾਈ ਦਾ ਨਾਂ ਲੈਣ ਤੋਂ ਬਗੈਰ ਕੁੰਜਾ ਦੀ ਤਾਰੀਖ ਕਦੇ ਵੀ ਮੁਕੰਮਲ ਨਹੀਂ ਹੋ ਸਕਦੀ। ਸ਼ਰੀਫ ਕੁੰਜਾਈ ਸਾਹਿਬ, ਅੱਲਾਹ ਤਾਲਾ ਗਰੀਕ ਰਹਿਮਤ ਕਰੇ ਉਹਨਾਂ ਨੂੰ, ਉਹ ਇੱਕ ਆਸਮਾਨ ਫਨ ਦਾ ਸਿਤਾਰਾ ਸਨ, ਜਿਹੜਾ ਉਹ ਗਰੂਪ ਹੋ ਗਿਆ, ਅਤੇ ਜਿਹਦੀ ਕਮੀ ਸਦੀਆਂ ਤੱਕ ਪੂਰੀ ਨਹੀਂ ਸੀ ਰਹਿ ਗਿਆ। ਉਹਨਾਂ ਦੇ ਇਲਮ ਔਰ ਫਨ ਦੇ ਉੱਤੇ ਗੁਫਤਗੂ ਕਰਨਾ ਇੰਤਹਾਈ ਮੁਸ਼ਕਲ ਹੈ, ਇੰਤਹਾਈ ਮੁਸ਼ਕਲ ਹੈ। ਜਿਸ ਸ਼ਖਸ ਨੇ ਕੁਰਾਨ ਕਰੀਮ ਦਾ ਤਰਜਮਾ ਪੰਜਾਬੀ 'ਚ ਕੀਤਾ ਹੋਵੇ, ਖੁਤਬਾਤ ਇਕਬਾਲ ਦਾ, ਨਬੀ ਪਾਕ ਸੱਲ੍ਹਾ ਸੱਲ੍ਹਮ ਦੇ ਖੁਤਬਾਤ ਦਾ ਤਰਜਮਾ ਕੀਤਾ ਹੋਵੇ, ਪੰਜਾਬੀ ਦੀ ਲੁਗਤ ਲਿਖੀ ਹੋਵੇ, ਉਹਦੇ ਸਾਹਮਣੇ ਕਿਹੜਾ ਆਦਮੀ ਹੈ ਜਿਹੜਾ ਮਤਲਬ ਇਜ਼ਹਾਰੇ ਖਿਆਲ ਕਰ ਸਕੇ ਉਹਦੀ ਸ਼ਖਸੀਅਤ ਦੇ ਬਾਰੇ। ਬਹਰਹਾਲ ਦੋ ਤਿੰਨ ਮਹਿਫਲਾਂ ਅਟੈਂਡ ਕਰਨ ਦਾ ਮੌਕਾ ਮਿਲਿਆ, ਇੰਤਹਾ ਪਰਲੇ ਦਰਜੇ ਦਾ ਖੂਬਸੂਰਤ ਤਰੀਕੇ ਦੇ ਨਾਲ ਉਹ ਆਪਣਾ ਕਲਾਮ ਸੁਣਾਉਂਦੇ ਸਨ। ਜ਼ਿਆਦਾ ਉਹਨਾਂ ਨੇ ਪਹਿਲਾਂ ਉਰਦੂ ਸ਼ੁਰੂ ਕੀਤਾ, ਅੱਵਲ ਉਹਨਾਂ ਨੇ ਉਰਦੂ ਸ਼ਾਇਰੀ ਕੀਤੀ, ਲੇਕਿਨ ਫਿਰ ਉਰਦੂ ਨੂੰ ਛੱਡ ਕੇ ਅਤੇ ਪੰਜਾਬੀ ਸ਼ਾਇਰੀ ਨੂੰ ਨਿਕਲ ਗਈ। ਅਤੇ ਉਹ ਇੱਕ ਪੰਜਾਬ ਵਾਸਤੇ ਇੱਕ ਕਾਬਲੇ ਪੰਜਾਬ ਦੇ ਇਹਨਾਂ ਕਾਬਲੇ ਤਰੀਫ ਸਨ, ਅਤੇ ਬਹੁਤ ਅੱਛੇ ਬੰਦੇ ਸਨ, ਨੇਕ ਹੁੰਦੇ ਸਨ, ਅਤੇ ਉਹ ਜਿਹੜਾ ਉਹਨਾਂ ਦਾ ਸਲਾਹ ਹੈ ਨਾ ਉਹ ਪੂਰੀ ਜ਼ਿੰਦਗੀ ਪੂਰਾ। ਸ਼੍ਰੀ ਕੁੰਜਾਈ ਸਾਹਿਬ ਸਾਡੇ ਪੰਜਾਬ ਦੀ ਇੱਕ ਐਸੀ ਕਦੀਮ ਹਸਤੀ ਸੀ ਕਿ ਸ਼ਾਇਦ ਹੀ ਅੱਗੋਂ ਉਹਨਾਂ ਤੋਂ ਬਾਅਦ ਕੋਈ ਐਸੀ ਹਸਤੀ ਪੈਦਾ ਹੋ ਸਕੇ। ਔਰ ਵਿਭਾਗ ਨਾਲ ਐਸਾ ਹੋਇਆ ਕਿ ਕੁਛ ਦਿਨ ਪਹਿਲੇ ਤਹਿਸੀਲ ਕੌਂਸਲ ਹਾਲ 'ਚ ਉਹਨਾਂ ਦੇ ਉੱਤੇ ਇੱਕ ਤਕਰੀਰ ਸੀ, ਮੁਸ਼ਾਇਰਾ, ਬੜਾ ਬਿਹਤਰੀਨ ਪ੍ਰੋਗਰਾਮ ਹੁੰਦੇ ਸੀ ਜਿਹਦੇ ਵਿੱਚ ਉਹਨਾਂ ਨੂੰ ਇਨਵਾਈਟ ਕੀਤਾ ਗਿਆ, ਉਹਨਾਂ ਨਾਲ ਮੁਲਾਕਾਤ ਦਾ ਸ਼ਰਫ ਹੋ ਗਿਆ ਸੀ। ਅੱਜ ਉਹ ਸਾਨੂੰ ਛੱਡ ਕੇ ਬਹੁਤ ਦੂਰ ਚਲੇ ਗਏ ਨੇ। ਉਹਨਾਂ ਦੀ ਸ਼ਾਨ ਉਹਨਾਂ ਦੇ ਕਦੇ ਸਾਡੇ ਉਹਨਾਂ ਪੰਜਾਬ ਨੇ ਪੂਰੀ ਦੁਨੀਆ 'ਚ ਐਸਾ ਤਰਫ ਦਿੱਤਾ ਜਿਹੜਾ ਅੱਜ ਤੱਕ ਕੋਈ ਨਹੀਂ ਦੇ ਸਕਦਾ।
मुख्ताज तारुफ नहीं है बल्कि सिर्फ पाकिस्तानी नहीं पूरा वर्ल्ड उनकी खिदमत से आशना है और उनका प्राइड ऑफ परफॉर्मेंस है और उनकी सबसे जो बहुत अच्छी यानी अचीवमेंट है और यानी उन्होंने जो कुरान पाक का पंजाबी के अंदर तर्जमा किया है वो एक ऐसा अनमोल तोहफा है उम्मत मुसलमान के लिए कि रहती दुनिया तक इंसान उनसे उससे जो है वो हदायत हासिल करते रहेंगे। इसके अलावा उनका जो अपना थीम था जो ग्रेजुएशन की पंजाबी के अंदर उन्होंने लिखा कि मैं संगना बूटा वन दाते थदियाँ मेरी छावा, उसके अंदर ये उन्होंने जो आइडिया दिया है बेसिकली अगर देखा जाए तो उन्होंने ये साबित भी किया है कि वाकई उनकी छाएँ बहुत ठंडी हैं और आज जिस तरह उनकी छाएँ जो है पंजाब को मसरूर कर रही हैं ये एजाज़ शरीफ पंजाबी को ही हासिल हुआ है। तो उनकी पहचान थी, हमारी पहचान थी उनकी वजह से, ना सिर्फ पाकिस्तान में पूरी दुनिया के और सबसे बढ़कर जो पहचाने जाते थे पंजाबी तर्जमा किया पाक का। दसो शरीफ पंजाबी होर बारे की कुछ जानते हो? लोग जो मुल्क का सुनवाया होंगे ने जिसने साढ़े को मुक्त हो जाए सा बहुत बड़ा नुकसान जिसे असं अंदाजा नहीं कर सकते और खासकर ये पंजाब के वाले पंजाब को शिनाख्त कराने वाले लोग होंगे ने वाले जेडे अपने नाम के नाल अपने शहर का या मुल्क का ना ला जिनी भी मतलब आज अफसोस किया जाए काटे। मैंने शरीफ पंजाबी साहब से दो तीन दफ़ा मुलाकात की, वो एक बहुत ही आजम इंकसारी के पैकर थे एम ए पंजाबी में और दूसरी कई जगह पे उनकी पंजाबी के जो सारा एक काविज थी जो एफर्ट थी उसको बहुत ज़्यादा अथेंटिक अप्रोच के साथ माना जाता है। तो मैंने जहाँ तक उनकी पंजाबी की फारसी की जो भी मतलब नज़में गज़लें शेर वगैरह पढ़े हैं वो पूरे एक जो नेचर के बिल्कुल जो बिल्कुल क्लोज टू नेचर थे और उसको देख के कहीं भी ऐसा नहीं लगता कि कोई जहनी काविश जो बगैर वजह के की गई हो ऐसा नहीं लगता और वो एक मुकम्मल ऐसे इंसान थे कि जिन्होंने नेचर को अपनी ग्रिप में रखा है और अल्लाह अज़्ज़ल की तरफ से उनका सीना ऐसा खुला हुआ था कि वो एक मुकम्मल इंसान जिसके सीने में जो इंसानियत का दर्द हो और जिसके सीने में एक जो नेचर के करीब जो भी चीज़ हो उसको ग्रेस्प कर लेना उसको एक्सट्रैक्ट कर लेना उस बंदे का खासा था और उनमें हलीमी और आजी इतनी ज़्यादा थी कि बिल्कुल एक आम इंसान की तरह वो बिहेव किया करते थे। यावर बाद साहब से पूछते हैं कि उनके क्या ख्याल हैं शरीफ पंजाबी के बारे में। बिस्मिल्लाहिर्रहमानिर्रहीम, सबसे पहले मैंने अपना पंजाब की पूरी टीम को इस काविश पर मुबारकबाद पेश करूँगा कि उन्होंने एक बड़ा अच्छा स्टेप उठाया और ख़ास तौर पे अदब के हवाले से अगर बात की जाए तो कुंजा का नाम इस वक्त शरीफ पंजाबी की वजह से पूरी वर्ल्ड में जो है ना फेमस हुआ है। लोग रेफरेंस के तौर पर शरीफ पंजाबी को याद करते हैं और कहते हैं कि आप शरीफ पंजाबी के शहर से आए हैं। इस हवाले से उनको खराज अकीदत पेश करना और खराज तहसीन पेश करना बिलखसूस कुंजा वालों पर एक फ़र्ज़ बन गया था। उनकी याद में अगरचे लाहौर इस्लामाबाद और बड़े शहरों में बहुत सारे तजीती रेफरेंस हुए हैं और अहले अदब और अहले कलम लोगों ने उनकी बहुत ज़्यादा जो है ना पजीराई की है, उनकी वफात के ऊपर उनको शानदार तरीके से खराज तहसीन पेश किया है। तो हमारे अहले कुंजा की इससे और जिम्मेदारी बढ़ जाती थी कि हम भी उनके लिए ज़्यादा से ज़्यादा भी काम अपने अपने स्टाइल से करें। तो यही हमारी भी प्लानिंग थी कि हम कलम के ज़रिए अपने अखबार के ज़रिए जितना उनके लिए कर सकते हैं। असल में मैं उनके लिए ख़ास तौर पे ये बात करना चाहता हूँ कि उन्होंने इलम के ज़रिए पूरी दुनिया को रोशन किया और उनका नाम इलम की वजह से पूरी दुनिया में जाना जाता था।